ਹਾਂਜੀ ਤੁਸੀਂ ਇਹ ਦੱਸੋਗੇ ਕਿੰਨੀ ਦੇਰ ਹੋ ਗਈ ਤੁਹਾਡੇ ਮਿੰਨੀ ਗੈਸਟ੍ਰਿਕ ਬਾਈਪਾਸ ਕੀਤੇ ਨੂੰ? ਇਹਨੂੰ ਲਗਭਗ ਹੋ ਗਏ ਜੀ 6 ਮਹੀਨੇ ਹੋ ਗਏ। ਅੱਛਾ, ਕਿੰਨਾ ਭਾਰ ਘਟਿਆ ਤੁਹਾਡਾ? ਭਾਰ 34 ਕਿਲੋ ਘਟ ਗਿਆ ਜੀ। ਅੱਛਾ, ਤੇ ਕੀ ਹੁਣ ਤੁਸੀਂ ਫਰਕ ਮਹਿਸੂਸ ਕਰਦੇ ਹੋ? ਪਹਿਲਾਂ ਕੀ ਪ੍ਰੋਬਲਮਾਂ ਸੀਗੀਆਂ, ਹੁਣ ਕੀ ਬੈਟਰ ਹੈ? ਪਹਿਲਾਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਸੀ, ਸਾਹ ਬਹੁਤ ਚੜਦਾ ਸੀ, ਸਾਹ ਚੜਦਾ ਸੀ, ਬੈਠ ਬਹਿ ਨਹੀਂ ਹੁੰਦਾ, ਪੈਰਾਂ ਭਰ ਨਹੀਂ ਸੀ ਬੈਠ ਹੁੰਦਾ। ਹੁਣ ਬੈਠ ਜਾਂਦੇ ਹੋ ਪੈਰਾਂ ਪਰ? ਅੱਛਾ, ਸਾਹ ਕਿੰਨਾ ਤੁਰੇ ਤੇ ਚੜ ਜਾਂਦਾ ਸੀ? ਜਦੋਂ ਪੌੜੀਆਂ ਚੜ੍ਹਦੇ ਸੀ ਉਦੋਂ ਵੀ ਚੜ੍ਹ ਜਾਂਦਾ ਸੀ, ਜਦੋਂ ਮਾੜਾ ਜਿਹਾ ਤੁਰ ਤੇਜ਼ ਤੁਰਦੇ ਸੀ, ਤੁਰ ਹੀ ਨਹੀਂ ਸੀ ਹੁੰਦਾ ਬਾਹਲਾ ਇੰਨਾ। ਅੱਛਾ ਅੱਛਾ, ਪੰਪ ਜਾਈਦਾ ਸੀ। ਅਤੇ ਕਿਵੇਂ ਜਣੀਆਂ ਦੁਖਣ ਲੱਗ ਗਈ? ਤੁਹਾਨੂੰ ਇਹਦਾ ਪਤਾ ਕਿੱਦਾਂ ਲੱਗਿਆ ਵੀ ਸਰਜਰੀ ਬਾਰੇ? ਸਰਜਰੀ ਆਪਣਾ ਰਿਸ਼ਤੇਦਾਰ ਸੀਗੇ ਉੱਪਰ ਆ ਕੇ ਲੱਗਿਆ ਸੀ। ਆਪਰੇਸ਼ਨ ਤੋਂ ਕਿੰਨੀ ਕੁ ਦੇਰ ਬਾਅਦ ਲੱਗ ਗਏ ਸੀ ਤੁਰਨ ਤੁਸੀਂ? ਉਸੇ ਦਿਨ ਹੀ ਤੁਰਨ ਲੱਗ ਗਏ ਸੀ। ਕਿੰਨੇ ਘੰਟਿਆਂ ਬਾਅਦ? 2 ਘੰਟੇ 3 ਵਜੇ ਐਕਚੁਅਲੀ ਇਹਦੇ 'ਚ ਆਪਾਂ ਕਿਉਂਕਿ ਹੁਣ ਇੰਨੇ ਸਾਲਾਂ ਤੋਂ ਆਹੀ ਕੰਮ ਕਰ ਰਹੇ ਹਾਂ ਨਾ, ਇੱਕ ਤਾਂ ਅਸੀਂ ਬੇਹੋਸ਼ੀ ਜਿਹੜੀ ਦਿੰਦੇ ਹਾਂ ਉਹ ਇਹਦੇ 'ਚ ਪੈਰਾਲਾਈਜ਼ ਨਹੀਂ ਕਰਦੇ, ਟੀਵਾ ਉਹਨੂੰ ਕਹਿੰਦੇ ਹਾਂ, ਟੋਟਲ ਇੰਟਰਾਵੀਨਸ, ਉਹਦੇ 'ਚ 36 ਬੰਦਾ ਬੈੱਡ 'ਚੋਂ ਨਿਕਲਦਾ ਔਰ ਉਸੇ 'ਚ ਕਾਮਯਾਬੀ ਆ। ਕਿਉਂਕਿ ਮੋਟਾਪੇ ਵਾਲੇ ਆਪਰੇਸ਼ਨਾਂ ਤੋਂ ਆਪਾਂ ਡਰਦੇ ਹਾਂ ਨਾ ਵੀ ਕਿੰਨਾ ਤੁਹਾਡਾ 130 ਸੀਗਾ ਭਾਰ? 130। ਹਾਂ ਬਈ, ਕੋਈ ਕਲੌਟ ਨਾ ਆ ਜੇ, ਕਲੌਟ ਕਿਉਂ ਆਊਗਾ ਜੇ ਬੈੱਡ 'ਚ ਹੀ ਪਿਆ ਰਹੂਗਾ ਬੰਦਾ। ਸੋ ਜੇ ਆਪਾਂ ਇੱਕ ਦਿਨ ਬੈੱਡ 'ਚ ਪਏ ਰਹਾਂਗੇ ਫਿਰ ਚਾਂਸ ਵੱਧ ਜਾਂਦੇ ਆ। ਇਸ ਲਈ ਅਸੀਂ ਇੱਕ ਤਾਂ ਐਨਸਥੀਸੀਆ, ਦੂਜਾ ਟਾਈਮਿੰਗ ਆ, ਆਪਰੇਸ਼ਨ 20-25 ਮਿੰਟ 'ਚ ਕਰਨਾ, ਉਹਦੇ ਨਾਲ ਥੋੜ੍ਹੀ ਬੇਹੋਸ਼ੀ ਦਿੱਤੀ ਆ, ਤਾਂ ਛੇਤੀ ਤੁਸੀਂ ਉੱਠ ਕੇ ਤੁਰਨਾ ਫਿਰਨਾ, ਬਾਥਰੂਮ ਜਾਣਾ ਸਾਰਾ ਕੁਛ, ਅਤੇ ਲਿਕੁਇਡ ਵਗੈਰਾ ਦਲੀਆ ਖਿਚੜੀ ਤਾਂ ਫਿਰ ਨੈਕਸਟ ਡੇ ਸ਼ੁਰੂ ਕਰਤਾ ਹੋਣਾ। ਹੁਣ ਤੁਸੀਂ ਰੋਟੀ ਰੋਟੀ ਕਿੰਨੀ ਖਾ ਸਕਦੇ ਇੱਕ ਟਾਈਮ 'ਤੇ? 2 ਰੋਟੀ ਖਾ ਜਾਂਦਾ। 2 ਰੋਟੀਆਂ, ਦਾਲ ਸਬਜ਼ੀ, ਦਹੀਂ 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 ਲੱਸੀ। ਦਹੀਂ ਕਿੰਨੀ ਵਾਰ ਖਾਂਦੇ ਦਿਨ 'ਚ? 3 ਵਾਰ ਖਾਂਦੇ ਜੀ। ਠੀਕ ਆ, ਖੁਰਾਕ ਤੁਹਾਡੀ ਠੀਕ ਆ, ਲੱਸੀ ਵੀ ਵਿੱਚ ਚੱਲਣ ਦਿਉ, ਥੋੜ੍ਹਾ ਨਮਕ ਜ਼ਿਆਦਾ ਲਿਆ ਕਰੋ ਕਿਉਂਕਿ ਪਹਿਲਾਂ ਬੀਪੀ ਤੁਹਾਡਾ ਜ਼ਿਆਦਾ ਰਹਿੰਦਾ ਸੀਗਾ, ਹੁਣ ਤਾਂ ਦਵਾਈ ਬੰਦ ਹੋ ਗਈ ਹੋਣੀ ਬੀਪੀ ਦੀ? ਬੀਪੀ ਨਹੀਂ, ਹੁਣ ਤਾਂ ਲੈਂਦੇ ਨਹੀਂ, ਹੁਣ ਨਹੀਂ ਲੋੜ ਪੈਂਦੀ। ਅਤੇ ਕਈ ਹੁੰਦੇ ਵੀ ਆ ਵੈਸੇ ਪਤਲੇ ਹੋ ਕੇ ਵੀ, ਕਈਆਂ ਦਾ ਬੀਪੀ ਫਿਰ ਵੀ ਉਹਨਾਂ ਨੂੰ ਲੋੜ ਪੈਂਦੀ ਆ ਦਵਾਈ ਦੀ, ਇਹ ਬਲੱਡ ਪ੍ਰੈਸ਼ਰ ਪਰ ਜ਼ਿਆਦਾ ਅਸੀਂ ਦੇਖਦੇ ਹਾਂ 100-95 ਮਰੀਜ਼ਾਂ ਦਾ ਇੱਦਾਂ ਤੁਹਾਡੇ ਵਾਂਗੂ ਕੰਟਰੋਲ ਹੋ ਜਾਂਦਾ। ਅਤੇ ਹੋਰ ਘਰਾੜੇ ਘਰੂੜੇ ਵੀ ਵੱਜਦੇ ਸੀ ਪਹਿਲਾਂ? ਪਹਿਲਾਂ ਵੱਜਦੇ ਸੀਗੇ। ਅੱਛਾ, ਹੁਣ ਕਿਵੇਂ? ਹੁਣ ਨਹੀਂ ਵੱਜਦੇ, ਦਿਨ 'ਚ ਸਾਰਾ ਚੁਸਤੀ ਫੁਰਤੀ, ਐਨਰਜੀ ਲੈਵਲ ਪੂਰੇ ਆ? ਹੁਣ ਤਾਂ ਘੋੜੇ ਵਾਂਗੂ ਵੱਜਦੇ ਆ ਜੀ। ਅੱਗੇ ਭੱਜ ਨਹੀਂ ਸੀ, 1 ਕਿੱਲੇ ਦੀ ਵਾਹੀ ਆਪਾਂ ਲਾ ਲਓ ਵੀ 200 ਮੀਟਰ 100 ਮੀਟਰ ਜਾਣਾ, ਭੱਜ ਕੇ ਨਹੀਂ ਸੀ ਜਾ ਹੁੰਦਾ। ਅੱਛਾ, ਹੁਣ ਮੈਂ ਇੱਕ ਦਿਨ ਪੂਰਾ ਭੱਜਿਆ। ਕਿੰਨਾ ਔਖਾ ਲੱਗਿਆ ਸਾਰਾ ਪ੍ਰੋਸੈਸ ਤੁਹਾਨੂੰ ਜੇ ਆਪਾਂ ਦੇਖੀਏ ਵੀ? ਆਪਰੇਸ਼ਨ ਆਪਰੇਸ਼ਨ ਦਾ ਇਹ ਤਾਂ ਗੱਲ ਹੀ ਕੁਛ ਨਹੀਂ ਜੀ। ਅੱਛਾ ਅੱਛਾ, ਇਹ ਤਾਂ ਸੌਖਾ ਬਹੁਤ, ਕਿਉਂਕਿ ਆਮ ਆਪਣੇ ਬੰਦੇ ਡਰਦੇ ਰਹਿੰਦੇ ਆ ਨਾ ਵੀ ਕਰਾਈਏ ਨਾ ਕਰਾਈਏ। ਮੈਂ ਵੀ ਡਰਦਾ ਸੀ ਪਹਿਲਾਂ। ਅੱਛਾ, ਫਿਰ ਆਪਣੇ ਰਿਸ਼ਤੇਦਾਰ ਸੀ ਨਾ, ਪ੍ਰਾਹੁਣਾ ਸੀ, ਉਹਨੂੰ ਪੁੱਛਿਆ। ਅੱਛਾ ਅੱਛਾ, ਉਹ ਕਹਿੰਦਾ ਕੋਈ ਗੱਲਬਾਤ ਹੀ ਨਹੀਂ। ਕੈਲੋਰੀਜ਼ ਦਾ ਹਮੇਸ਼ਾ ਜਿਹੜਾ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਇਹ ਨਾ ਸੋਚੋ ਵੀ ਆਪਰੇਸ਼ਨ ਨਾਲ ਆਪਾਂ ਕੋਈ ਲੌਕ ਲਾਤਾ ਵੀ ਆਪਾਂ ਕੋਕ ਜਾਂ ਪੈਪਸੀ, ਕੋਲਡ ਡਰਿੰਕ ਕੋਈ ਵੀ 4-5 ਵਾਰੀ ਪੀ ਲੈਣਾ ਦਿਨ 'ਚ, ਫਿਰ ਇੰਨਾ ਵਧੀਆ ਰਿਜ਼ਲਟ ਨਹੀਂ ਮਿਲੂਗਾ। ਅਤੇ ਹੁਣ ਜਿਵੇਂ ਤੁਹਾਡਾ 34 ਕਿਲੋ ਘਟਿਆ ਹੁਣ ਤੱਕ, ਹੋ ਸਕਦਾ ਉਹ 24 ਹੀ ਘਟਦਾ, ਕਿਉਂਕਿ ਹਰੇਕ ਬੰਦਾ ਅਲੱਗ ਹੈ। ਹੁਣ ਕਿਸੇ ਨੇ ਹੋ ਸਕਦਾ ਇਹ ਤੁਹਾਡਾ 85 'ਤੇ ਆਵੇ ਜਾਂ 80 'ਤੇ, ਉਹ ਵੀ ਆਪਾਂ ਜਾਣਦੇ ਨਹੀਂ ਹੈਗੇ। ਜੇ ਮਿੱਠਾ ਜ਼ਿਆਦਾ ਪੀਂਦੇ ਆ ਤਾਂ ਫਿਰ ਉੱਪਰ ਹੀ ਰੁਕ ਜੂਗਾ। ਅਤੇ ਜਿਹੜੇ ਮਿੱਠਾ ਘੱਟ ਲੈਣਗੇ ਅਤੇ ਨਾਲ ਥੋੜ੍ਹੀ ਬਹੁਤੀ ਵਰਜਿਸ਼ ਵੀ, ਤਾਂ ਉਹਦਾ ਹੋਰ ਬੈਟਰ ਹੋ, ਮਤਲਬ 10-15 ਪੈਸੇ ਜਿਹੜਾ ਰਿਜ਼ਲਟ ਆ ਆਪਣੇ ਹੱਥ 'ਚ ਹੈ। ਜੇ ਜ਼ਿਆਦਾ ਹੀ ਆਪਾਂ ਕਰੀ ਕਰੀ ਜਾਵਾਂਗੇ ਫਿਰ ਪਤਾ ਲੱਗੂਗਾ ਜੀ, ਫਿਰ 5 ਕਿਲੋ ਵੱਧ ਗਿਆ। ਇਹ ਜਦੋਂ ਤੁਹਾਨੂੰ ਲੱਗੇ ਕਦੇ ਤਾਂ ਤੁਸੀਂ ਆਪਣਾ ਦੇਖ ਲਓ, ਮਿੱਠਾ ਤਾਂ ਨਹੀਂ ਹੋਇਆ, ਇਹ ਥੋੜ੍ਹਾ ਜਿਹਾ ਘਟਾਓ, ਕੰਟਰੋਲ ਕਰੋ, ਕਿਉਂਕਿ ਹੁਣ ਇਹ ਆ ਵੀ ਤੁਸੀਂ ਆਪਣੇ ਵਜ਼ਨ ਦੇ ਮਾਲਕ ਹੋ, ਮੋਟਾਪਾ ਤੁਹਾਡਾ ਗੁਲਾਮ ਆ, ਕਿਉਂਕਿ ਆਪਾਂ ਅੰਦਰੋਂ ਡਿਜ਼ਾਇਨ ਉਸ ਹਿਸਾਬ ਨਾਲ ਢਾਲ ਲਿਆ। ਸਿਰਫ ਇਹਨਾਂ ਓਪਰੇਸ਼ਨਾਂ 'ਚ ਮੇਨ ਚੀਜ਼ ਇਹ ਆ ਵੀ ਡਿਜ਼ਾਇਨਿੰਗ ਐਵੇਂ ਦੀ ਹੋ ਜੇ ਕਿ ਬੰਦਾ ਖਾ ਵੀ ਸਕੇ ਉਨਾ ਕੁ, ਉਹਦੇ ਦਿਮਾਗ ਨੂੰ ਰਾਜ ਆ ਜੇ। ਕਿਉਂਕਿ ਮੇਨ ਜਿਹੜੇ ਕਈ ਪੁਰਾਣੀਆਂ ਜਿਹੜੀਆਂ ਸਰਜਰੀ ਸੀਗੀਆਂ ਨਾ, ਉਹ 'ਚ ਮੇਨ ਸੀਗਾ ਵੀ ਟਾਈਟ ਕਰਦੇ ਸੀ, ਉਹਦੇ ਨਾਲ ਫਿਰ ਕਈ ਵਾਰੀ ਉਹ ਰੱਜ ਨਹੀਂ ਆਉਂਦਾ ਬੰਦਾ, ਜੇ ਖਾਧਾ ਹੀ ਨਹੀਂ ਗਿਆ। ਜੇ ਹੁਣ ਪੰਜਾਬੀ ਬੰਦਾ ਜਿਵੇਂ ਤੁਸੀਂ 2 ਰੋਟੀਆਂ ਤਾਂ ਫਿਰ ਜੇ 2 ਬੁਰਕੀਆਂ ਖਾ ਕੇ ਫਸ ਜਾਵੇ ਫਿਰ ਔਖਾ, ਕਿ ਆਪਾਂ ਇਕੱਲੀਆਂ ਰੋਟੀਆਂ ਵਾਸਤੇ ਨਹੀਂ ਬੈਠੇ। ਦਹੀਂ ਦੀ ਕੌਲੀ ਹੋਰ ਖਾਓ, ਸਬਜ਼ੀ ਦੀ ਖਾਓ ਕੌਲੀ, ਪਹਿਲਾਂ ਸਲਾਦ ਵੀ ਤਾਂ ਖਾਣਾ। ਖਾਣਾ ਆਪਾਂ ਨੂੰ ਚਾਹੀਦਾ ਐਵੇਂ ਥਾਲੀ ਸਿਸਟਮ, ਪਹਿਲਾਂ ਸਲਾਦ, ਸਬਜ਼ੀ, ਦਾਲ, ਦਹੀਂ, ਫਿਰ ਫੁਲਕੇ 'ਤੇ ਆਓ। ਆਪਾਂ ਨੂੰ ਪੰਜਾਬੀਆਂ ਨੂੰ ਆਦਤ ਆ ਫੁਲਕਾ, ਆਪਾਂ ਫਟਾਫਟ, ਆਪਾਂ ਤਾਂ ਇੰਨੀ ਕੁ ਦਾਲ ਨਾਲ 2 ਫੁਲਕੇ ਖਾ ਸਕਦੇ ਹਾਂ, ਪਰ ਚਾਹੀਦਾ ਨਹੀਂ ਐਵੇਂ। ਫੁਲਕਿਆਂ 'ਤੇ ਜ਼ੋਰ ਘੱਟ ਰੱਖੋ, ਠੀਕ ਹੈ, ਦਾਲ ਸਬਜ਼ੀ, ਫਿਰ ਤੁਸੀਂ ਠੀਕ ਰਹੋਗੇ। ਅੱਛਾ, ਅਤੇ ਸ਼ੂਗਰ ਵਗੈਰਾ ਤਾਂ ਨਹੀਂ ਹੈਗੀ ਸੀ ਤੁਹਾਨੂੰ? ਨਹੀਂ, ਪਹਿਲਾਂ ਵੀ ਨਹੀਂ ਸੀ।